ਤੇ ਆ ਬਾਈ ਹੁਣੇ ਜਵਾਕ ਹੈ ਆ ਮੇਰੀ ਗੁੜੀਆ ਠੀਕ ਹੈ ਆ ਇਹਨੂੰ ਖੜਾਈ ਜਾਂਦਾ ਠੀਕ ਹੈ ਵੱਖਰਾ ਕੇਸ ਕਰਦਾ ਕਹਾਂ ਕਹਾਂ ਹੈਲੋ ਹਾਂਜੀ ਕਿੱਦਾਂ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਬਹੁਤ ਬਹੁਤ ਸਵਾਗਤ ਆਪਣੇ ਚੈਨਲ ਦੀ ਨਵੀਂ ਵੀਡੀਓ 'ਤੇ ਆਪਾਂ ਆਪਣਾ ਕਰਦੇ ਹਾਂ ਬਲੌਗ ਸਟਾਰ ਚੈਨਲ ਨੂੰ ਕਰਕੇ ਸਬਸਕ੍ਰਾਈਬ ਕਰਕੇ ਨੂੰ ਕਰਕੇ ਲਾਈਕ ਅਤੇ ਬੈੱਲ ਆਈਕਨ ਦੁਬਾਰਾ ਨਾ ਭੁੱਲਣਾ 7 ਵੱਜ ਚੁੱਕਿਆ ਸ਼ਾਮ ਦੇ ਅਤੇ ਅੱਜ ਆਪਾਂ ਜਿੰਮ ਨਹੀਂ ਗਏ ਅਤੇ ਅੱਜ ਆਪਾਂ ਬਣਾਵਾਂਗੇ ਫੂਡ ਬਲੌਗ ਅਤੇ ਵੇਖਦੇ ਹਾਂ ਕੋਈ ਰੇੜੀ ਰੂੜੀ ਜਾਂ ਸਟਰੀਟ ਫੂਡ ਖਾਂਦੇ ਹਾਂ ਅਤੇ ਤੁਹਾਨੂੰ ਵੀ ਦਿਖਾਉਂਦੇ ਹਾਂ ਆਪਾਂ ਇੱਕ ਨਵੀਂ ਖੁੱਲ੍ਹੀ ਆ ਅਤੇ ਆਪਾਂ ਉੱਥੇ ਚੱਲਦੇ ਹਾਂ ਬਸ ਆਪਾਂ ਪਹੁੰਚ ਹੀ ਗਏ ਅਤੇ ਆਪਾਂ ਉੱਥੋਂ ਦਾ ਬਲੌਗ ਬਣਾਵਾਂਗੇ ਪਹਿਲਾਂ ਆਪਾਂ ਪੁੱਛ ਲਿਆ ਸੀਗਾ ਮੈਂ ਕਿਹਾ 5-10 ਮਿੰਟ ਤੱਕ ਆ ਗਿਆ ਮੈਂ ਫੋਨ ਦੇ ਗਿਆ ਸਹੀ ਕਰਾਉਣ ਵਾਸਤੇ ਆਪਦਾ ਅਤੇ ਆਪਾਂ ਪਹੁੰਚ ਗਏ ਬਸ ਅਤੇ ਤੁਹਾਨੂੰ ਵੀ ਮਿਲਵਾਉਂਦੇ ਹਾਂ ਸਾਰਿਆਂ ਨਾਲ ਆਪਾਂ ਸ਼ੋਪ 'ਤੇ ਪਹੁੰਚ ਚੁੱਕੇ ਹਾਂ ਆਇਆ ਜੀ ਧਾਲੀਵਾਲ ਫੂਡ ਅਤੇ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਵੀ ਕੀ ਹਿਸਾਬ ਕਿਤਾਬ ਹੈ ਸਾਰਾ ਹੈ ਨਾ ਪਹਿਲਾਂ ਆਪਾਂ ਬਾਈਕ ਦਾ ਸਵਿੱਚ ਬੰਦ ਕਰ ਕੇ ਅਤੇ ਆ ਬਾਈ ਹੋਣਾ ਦੇ ਬੱਚੇ ਹੋਰ ਵੀ ਕੀ ਹਾਲ ਨੇ ਹੋਰ ਠੀਕ ਹੋ ਅੱਛਾ ਅੱਛਾ ਅਤੇ ਬਾਈ ਤਾਂ ਆਪਾਂ ਵੇਖਦੇ ਹਾਂ ਅੱਜ ਸਪੈਸ਼ਲ ਕੀ ਬਣਾਉਂਦੇ ਆ ਅਤੇ ਬਾਈ ਦਾ ਬਾਈ ਤੁਹਾਡਾ ਨਾਮ ਕੀ ਆ ਸੁਖਵੀਰ ਸਿੰਘ ਬਾਈ ਅੱਛਾ ਅਤੇ ਆਪਣੀ ਸ਼ੋਪ ਦਾ ਨਾਮ ਧਾਲੀਵਾਲ ਫੂਡ ਠੀਕ ਹੈ ਅਤੇ ਆਪਣੇ ਕੋਲ ਕੀ ਕੀ ਚੀਜ਼ ਹੁੰਦੀ ਆ ਆਪਣੇ ਕੋਲ ਸਟੱਫ ਕੁਲਚਾ ਹੁੰਦਾ ਜੀ ਅੱਛਾ ਵੀਰੇ ਠੀਕ ਹੈ ਓਕੇ ਬਰਗਰ ਪੈਟੀ ਸੈਂਡਵਿਚ ਸੈਂਡਵਿਚ ਹੋ ਗਿਆ ਓਕੇ ਅਤੇ ਪੀਜ਼ੇ 'ਚ ਪੀਜ਼ਾ 60 ਤੋਂ ਸ਼ੁਰੂ ਆ 200 ਤੱਕ ਜਿੰਨੇ ਕੋਈ ਆਰਡਰ ਹੁੰਦੇ ਆ ਉਹਨੇ ਕੁਝ ਯਾਰ ਕਰ ਦੋ ਠੀਕ ਹੈ ਤੇ ਆ ਬਾਈ ਹੁਣੇ ਜਵਾਕ ਹੈ ਆ ਮੇਰੀ ਗੁੜੀਆ ਠੀਕ ਹੈ ਵੀਰੇ ਆ ਇਹਨੂੰ ਖੜਾਈ ਜਾਂਦਾ ਠੀਕ ਹੈ ਠੀਕ ਹੈ ਠੀਕ ਹੈ ਆਪਣੇ ਪੀਜ਼ਾ ਕਿਹੜੇ ਕਿਹੜੇ ਪੀਜ਼ਾ ਹੈ ਆਪਣੇ ਕੋਲੇ ਪੀਜ਼ਾ ਸਿੰਪਲ ਹੀ ਆ ਹਜੇ ਤਾਂ ਯਾਰ ਅੱਛਾ ਸਿੰਪਲ ਹੀ ਆ ਹੁਣੇ ਕੀਤਾ ਕੰਮ ਸਟਾਰਟ ਨਹੀਂ ਕੀਤਾ ਹਾਂ 20 ਦਿਨ ਠੀਕ ਹੈ ਠੀਕ ਹੈ ਠੀਕ ਹੈ ਚਲੋ ਬਹੁਤ ਬਹੁਤ ਵਧਾਈਆਂ ਤੇ ਆਪਣੇ ਪੀਜ਼ਾ ਹੀ ਲਾ ਦਿਓ ਫਿਰ ਆਪਾਂ ਕਰਦੇ ਹਾਂ ਅੱਜ ਆਪਾਂ ਟੇਸਟ ਚੈੱਕ ਹਾਂਜੀ ਤੇ ਆਪਣੇ ਅੰਦਰ ਬੈਠਣ ਵਾਸਤੇ ਆ ਓਕੇ ਤੇ ਆ ਬਾਈ ਹੋਰਾਂ ਦਾ ਅੰਦਰ ਬੈਠਣ ਵਾਸਤੇ ਆ ਸਾਰਾ ਕੁਛ ਤੇ ਆ ਸਾਰਾ ਸਿਸਟਮ ਹੈ ਸਾਰਾ ਤੇ ਕੋਲਡ ਡਰਿੰਕ ਵਗੈਰਾ ਸਭ ਕੁਛ ਤੇ ਬਾਈ ਹੋਰਾਂ ਨੇ ਓਵਨ ਚਲਾ ਤਾ ਮਸ਼ੀਨ ਗਰਮ ਹੋ ਰਹੀ ਹੈ ਅਤੇ ਫਿਰ ਉਸ ਤੋਂ ਬਾਅਦ 10-15 ਮਿੰਟ ਲੱਗਦੇ ਆ ਹਾਲੇ ਉਸ ਤੋਂ ਬਾਅਦ ਪੀਜ਼ਾ ਬਣੇਗਾ ਆਪਣਾ ਪੀਜ਼ਾ ਤਿਆਰ ਹੋਣ ਲੱਗਾ ਬਸ ਪਿਆਜ਼ ਵਗੈਰਾ ਫਿਲ ਹੋ ਰਹੇ ਆ
ਸ਼ਿਮਲਾ ਮਿਰਚ ਪਿਆਜ਼ ਅਤੇ ਟਮਾਟਰ ਪੈ ਚੁੱਕਿਆ ਅਤੇ ਚੀਜ਼ ਹੁਣ ਲੱਗੂਗਾ ਉੱਪਰ। ਪੀਜ਼ੇ ਦਾ ਸਟੱਫ ਰੈਡੀ ਅਤੇ ਹੁਣ ਚੱਲਾ ਓਵਨ ਦੇ ਵਿੱਚ। ਅਤੇ ਹੁਣ 5-10 ਮਿੰਟ ਲੱਗਣਗੇ ਅਤੇ ਉਸ ਤੋਂ ਬਾਅਦ ਆਪਣਾ ਪੀਜ਼ਾ ਰੈਡੀ। ਅਤੇ ਆਪਾਂ ਕੱਲ੍ਹ ਨੂੰ ਚੱਲੇ ਹਾਂ ਦਿੱਲੀ, ਅਤੇ ਦਿੱਲੀ ਆਪਾਂ ਚੋਰ ਬਾਜ਼ਾਰ ਦਾ ਵਲੌਗ ਬਣਾਵਾਂਗੇ। ਇਸ ਹਫ਼ਤੇ ਤਾਂ ਵਲੌਗ ਤੋਂ ਹੀ ਆਇਆ ਨੀਗਾ ਕਿਉਂਕਿ ਜਿੰਮ ਕੀਤੀ ਆ ਸਟਾਰਟ, ਫਿਰ ਜਿੰਮ ਦੇ ਵਿੱਚ ਰੋਜ਼ ਰੋਜ਼ ਦਾ ਜਿੰਮ ਦਾ ਆਪਾਂ ਵਲੌਗ ਤਾਂ ਕੀ ਬਣਾਉਣਾ ਵਾ, ਹੈ ਨਾ। ਅਤੇ ਹੁਣ ਵੇਖਦੇ ਆਪਾਂ ਨਾਲ ਨਾਲ ਫੂਡ ਵਲੌਗ ਵੀ ਬਣਾਏ ਕਰਾਂਗੇ, ਮਹੀਨੇ ਦੇ ਵਿੱਚ 2-3 ਤਾਂ ਬਣਾਏ ਕਰਾਂਗੇ ਫੂਡ ਵਲੌਗ। ਅਤੇ ਬਾਕੀ ਮੈਂ ਇਕੱਲਾ ਹੀ ਆਇਆ ਸੀਗਾ, ਹੁਣ ਮਨੀ ਨੂੰ ਫੋਨ ਕੀਤਾ, ਮਨੀ ਵੀ ਸੁੱਤਾ ਪਿਆ ਸੀਗਾ, ਉਹਦਾ ਦੁਬਾਰਾ ਫੋਨ ਆਇਆ, ਪਹਿਲਾਂ ਫੋਨ ਚੱਕਿਆ ਨਹੀਂ ਸੀਗਾ ਉਹਨੇ। ਹੁਣ ਬਸ ਆਪਣਾ ਪੀਜ਼ਾ ਰੈਡੀ ਹੋ ਰਿਹਾ ਅਤੇ ਫਿਰ ਆਪਾਂ ਖਾ ਕੇ ਦੱਸਦਾ ਟੇਸਟ ਬਾਈ ਹੋਵੇ। ਨਵੀਂ ਨਵੀਂ ਦੁਕਾਨ ਕੀਤੀ ਆ ਧਾਲੀਵਾਲ ਫੂਡ ਆਪਣੇ 4 ਨੰਬਰ ਨਾਕੇ 'ਤੇ। ਅਤੇ ਬਾਈ ਚੈੱਕ ਕਰਨ ਲੱਗਿਆ ਪੀਜ਼ਾ ਬਣ ਗਿਆ ਕਿ ਨਹੀਂ, ਫਿਲਹਾਲ ਹਲੇ ਤਾਂ ਨਹੀਂ ਲੱਗਦਾ ਕੁਛ, ਲੱਗੂ ਹਲੇ ਥੋੜ੍ਹਾ ਜਿਹਾ ਟਾਈਮ ਹੋਰ। ਲਓ ਜੀ ਰੈਡੀ ਹੋ ਗਿਆ। ਲਓ ਕੋਈ ਨਾ ਲੈ ਜਾਣਾ। ਲਓ ਜੀ ਆ ਚੁੱਕਾ ਪੀਜ਼ਾ ਆਪਣਾ, ਅਤੇ ਖਾ ਕੇ ਆਪਾਂ ਟੇਸਟ ਦੱਸਦੇ ਹਾਂ ਸਾਰਾ। ਕੋਲਡ ਡਰਿੰਕ ਵੀ ਆ ਚੁੱਕਿਆ ਅਤੇ ਆਪਣਾ ਪੀਜ਼ਾ ਵੀ ਆ ਚੁੱਕਿਆ, ਅਤੇ ਹੁਣ ਆਪਾਂ ਖਾਂਦੇ ਹਾਂ ਅਤੇ ਦੱਸਦੇ ਹਾਂ ਟੇਸਟ। ਇੱਕ ਬਾਈਟ ਆਪਾਂ ਖਾ ਲਈ ਹੈ ਅਤੇ ਆਪਾਂ ਆਹ ਪਾਉਣਾ ਭੁੱਲ ਹੀ ਗਏ ਸੀਗੇ। ਅਤੇ ਨਾਲ ਆਪਾਂ ਕੋਲਡ ਡਰਿੰਕ ਵੀ ਪਾ ਹੀ ਲਈਏ। ਏਸੀ ਵੀ ਲੱਗਾ ਹੋਇਆ ਵਾ।
ਹੁਣ ਆਪਾਂ ਖਾਂਦੇ ਹਾਂ ਅਤੇ ਟੇਸਟ ਚੈੱਕ ਕਰਦੇ ਹਾਂ। ਟੇਸਟ ਵਾਈਜ਼ ਚੈੱਕ ਕਰ ਚੁੱਕਿਆ ਮੈਂ, ਵਧੀਆ ਘੈਂਟ ਹਾਂ, ਹੈ ਨਾ, ਕਲੀਅਰ ਹੋਇਆ। ਇੱਕ ਪੀਜ਼ਾ ਨੂੰ ਨਾ ਵੱਖਰਾ ਟੇਸਟ ਹੈਗਾ, ਘੈਂਟ ਹੈ। ਸਵਾਦ ਆ ਗਿਆ ਪੀਜ਼ੇ ਦਾ ਤਾਂ, ਲਓ ਜੀ ਲਾਸਟ ਬਾਈਟ ਹੈ, ਖਾਂਦੇ ਹਾਂ। ਹੁਣ ਆਪਾਂ ਖਾ ਲਿਆ ਪੀਜ਼ਾ ਅਤੇ ਹੁਣ ਆਪਾਂ ਚੱਲਦੇ ਹਾਂ, ਬਾਈ ਨੂੰ ਪੇਮੈਂਟ ਕਰਦੇ ਹਾਂ ਆਪਾਂ। ਅਤੇ ਬਹੁਤ ਹੀ ਵਧੀਆ ਟੇਸਟ ਸੀਗਾ ਬਾਈ ਉਹਨਾਂ ਦੇ ਕੁਲਚੇ, ਆਪਣੇ ਪੀਜ਼ੇ ਦਾ, ਸੋਰੀ ਕੁਲਚਾ ਕਹਿ ਬੈਠਾ ਪਹਿਲਾਂ ਮੈਂ। ਹਾਂਜੀ, ਸਾਰਿਆਂ ਨੂੰ ਬੇਨਤੀ ਆ ਵੀ 4 ਨੰਬਰ ਨਾਕੇ 'ਤੇ ਮੁਕਤਸਰ ਆਪਣੀ ਦੁਕਾਨ ਆ, ਇੱਕ ਵਾਰੀ ਜ਼ਰੂਰ ਚੈੱਕ ਕਰਕੇ ਜਾਓ ਸਮਾਨ ਸਾਡਾ। ਬਰਗਰ, ਸੈਂਡਵਿਚ, ਪੈਟੀ, ਸਭ ਕੁਲਚਾ, ਪੀਜ਼ਾ 1 ਨੰਬਰ ਚੀਜ਼ ਦੇਵਾਂਗੇ ਤੁਹਾਨੂੰ। ਹਾਂਜੀ, ਟੇਸਟ ਬਹੁਤ ਵਧੀਆ ਸੀਗਾ। ਐਕਚੁਲੀ ਦੂਰ ਆਇਓ ਤੁਸੀਂ, 4 ਨੰਬਰ ਨਾਕਾ ਗੁਰਦੁਆਰੇ ਦਾ ਗੇਟ ਨੰਬਰ ਹੈ 4, ਅਤੇ ਆਪਣੇ ਸਾਹਮਣੇ ਹੀ ਹੈ ਆਪਣੇ ਜੀਓ ਆ, ਜੀਓ ਦਫ਼ਤਰ ਹੈ ਉਹਦੇ ਜਮਾਂ ਨਾਲ ਹੀ ਆ, ਤੁਹਾਨੂੰ ਦੇਖੀ ਜਾਊਗੀ ਧਾਲੀ। ਜੀਓ ਦਫ਼ਤਰ ਵੀ ਚੱਕਿਆ ਗਿਆ ਹੁਣ, ਜੀਓ ਦਫ਼ਤਰ ਚੱਕਿਆ ਅਤੇ ਭਾਂਡਲ ਦੁਕਾਨ ਆ ਗਈ ਹੈ, ਅਤੇ ਧਾਲੀਵਾਲ ਉੱਤੇ ਬੋਰਡ ਲੱਗਾ ਹੋਇਆ ਵਾ, ਉਹ ਵੀ ਤੁਹਾਨੂੰ ਦਿਖਾ ਦਿੰਦੇ ਆਪਾਂ ਸਾਰਾ। ਅਤੇ ਬਾਈ ਨੂੰ ਹੁਣ ਆਪਾਂ ਕਰਦੇ ਹਾਂ ਪੇਮੈਂਟ, ਅਤੇ ਫਿਰ ਆਪਾਂ ਚੱਲਦੇ ਹਾਂ ਘਰ ਨੂੰ ਵਾਪਸ, ਹੈ ਨਾ। ਅਤੇ ਆਹ 4 ਨੰਬਰ ਨਾਕਾ, ਅਤੇ ਆਹ ਸ਼ੋਪ ਹੈ, ਅਤੇ ਦੋਨੋਂ ਕਪਲ ਨੇ ਜੋ ਆਪਣਾ ਫੂਡ ਸ਼ੋਪ ਚਲਾ ਰਹੇ ਆ, ਹੁਣੇ ਹੁਣੇ ਖੋਲ੍ਹੀ ਆ ਨਵੀਂ ਨਵੀਂ ਦੁਕਾਨ। ਹੁਣ ਆਪਾਂ ਚੱਲਦੇ ਅਰਮਾਨ ਕੋਲੇ, ਅਤੇ ਉੱਥੇ ਜਾ ਕੇ ਆਪਾਂ ਆਪਦਾ ਵਲੌਗ ਐਂਡ ਕਰਾਂਗੇ। ਹੈਲੋ, ਬਣਾਓ, ਸ਼ੁਰੂ ਕਰੋ, ਆ ਗਿਆ ਸ਼ੁਰੂ ਕਰੋ, ਆ ਗਿਆ ਬੈਠੇ ਬੈਠੇ ਢਿੱਗ ਵਧਾ ਛੱਡਿਆ, ਜਿਮ ਜੁੰਮ ਲੱਗ ਗਿਆ ਤੂੰ। ਹੁਣ ਆਪਾਂ ਪਹੁੰਚ ਚੁੱਕੇ ਹਾਂ ਅਰਮਾਨ ਕੋਲੇ, ਲਵਪ੍ਰੀਤ ਹਨਾ ਜਿਹੜਾ ਆਪਣੇ ਨਾਲ ਵਲੌਗ ਬਣਾਉਂਦਾ ਵਾ, ਇਹ ਵਾਲਾ ਵਲੌਗ ਆਪਣੇ ਇੱਥੇ ਖਤਮ ਤੇ ਮਿਲਦਾ। ਹੁਣ ਆਪਾਂ ਅਗਲੇ ਵਲੌਗ ਦੇ ਵਿੱਚ, ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਲਿਖਣਾ ਕਰਨਾ ਲਾਈਕ ਤੇ ਬੈਲ ਆਈਕਨ ਨੂੰ ਨਾ ਭੁੱਲਣਾ। ਗੁੱਡ ਨਾਈਟ, ਸਵੀਟ ਡ੍ਰੀਮ, ਟੇਕ ਕੇਅਰ, ਬਾਏ 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 ਬਾਏ।